ਆਰਟਸ ਚੈਨਲ ਤਾਂ ਜੇ ਮੇਰੇ ਨਾਲ ਹੈਗੀ ਇੱਕ ਬਾਰਬੀ ਇਹਨੂੰ ਆਪਾਂ ਇੱਕ ਅੱਜ ਅਸਲੀ ਬਾਰਬੀ ਬਣਾਉਣੀ ਹੈ ਮੇਕਅਪ ਕਰਕੇ ਇਹਦੇ ਵਰਗੇ ਸੇਮ ਟੂ ਸੇਮ ਥੋੜ੍ਹੇ ਬਹੁਤ ਕੱਪੜੇ ਪਾ ਕੇ ਅਤੇ ਇਹ ਵਾਲਾ ਹੇਅਰ ਸਟਾਈਲ ਮੈਂ ਕੀਤਾ ਆ ਅਤੇ ਇਸ ਬਾਰਬੀ ਦੇ ਵੀ ਇੱਦਾਂ ਦਾ ਹੀ ਕਰਾਂਗੇ ਬਾਰਬੀ ਨੇ ਹਾਲੇ ਇੱਦਾਂ ਦਾ ਟੋਪ ਇਹਨੂੰ ਮਿੱਡੀ ਕਰਾ ਲਈ ਆ ਜਾਓ ਹੁਣ ਇਹਦੇ ਮੇਕਅਪ ਥੱਪਦੇ ਹਾਂ ਮੇਕਅਪ ਦਿਸ ਲਾਲ ਟੋਪ ਆ ਜਾ ਲਾਲ ਟੋਪ ਦੀ ਬੇਬੇ ਤੇਰੇ ਮੇਕਅਪ ਯਾਰ ਲਾਈਨਰ ਤਾਂ ਹੈਗਾ ਆ ਅਜਾ ਫੇਰ ਲਾਉਣਾ ਪੜਾ ਚਲੋ ਤਾਂ ਹੈਗਾ ਬਾਰਬੀ ਦਾ ਮੇਕਅਪ ਮੈਨੂੰ ਆ ਪਹਿਲਾਂ ਨਹੀਂ ਆ ਪਹਿਲਾਂ ਆਪਾਂ ਆਈ ਕੈਂਡਲ ਲਾਵਾਂਗੇ ਪਹਿਲਾਂ ਲਾਇਆ ਸੀ ਇਹਨੇ ਉਹ ਲਾ ਲਿਆ ਦੁਬਾਰਾ ਲਾਵਾਂਗੇ ਸ਼ੁਰੂ ਹੋ ਗਈ ਆਪਣਾ ਨਾਮ ਦੱਸ ਸਾਰਿਆਂ ਨੂੰ ਦੋ ਸੀਰਤ ਨਹੀਂ ਨਾਮ ਦਾ ਸਾਪਣ ਆਉ ਰੁਕੋ ਤਾਂ ਬੋਲ ਉਹ ਤਾਂ ਖਾ ਮਾਈ ਨੇਮ ਸੀਰਤ ਖਾ ਅੱਛਾ ਸੀਰਤ ਕਾ ਤੇ ਤੂੰ ਕੀ ਬਣ ਚੱਲੀ ਅੱਜ ਬਾਬੀ ਆਈਲਾਈਨਰ ਵੀ ਥਾਪਦਾ ਥੋੜਾ ਥੋੜਾ ਇਹਦੇ ਤੇਰੇ ਆਪਾਂ ਹੁਣ ਆਈਲਾਈਨਰ ਵੀ ਲਾਤਾ ਹੁਣ ਆਪੇ ਇਹਦੇ ਲਾਵਾਂਗੇ ਬਲਸ਼ ਤੇ ਹਾਈਲਾਈਟਰ ਸਾਰਿਆਂ ਨੂੰ ਮਿਕਸ ਕਰਕੇ ਤੱਕ ਰਤੀਆ ਗੋਲਡਨ ਹੈਲੋ ਗਾਇਸ ਇਹਦਾ ਜੁੱਤਾ ਟੁੱਟ ਗਿਆ ਆ ਨਹੀਂ ਉਹ ਨਿਕਲ ਜਾਂਦਾ ਵਾਈਟ ਫੇ ਪੀਚ ਹੈ ਫੇ ਗੋਲਡਨ ਚੱਲ ਬਾਰਬੀ ਜ਼ਿਆਦਾ ਲੱਗ ਗਿਆ ਹਾਂ ਜ਼ਿਆਦਾ ਹੀ ਲੱਗ ਗਿਆ ਥੋੜਾ ਇੱਧਰ ਚੁੱਕੋ ਤੇ ਇੱਧਰ ਲਾ ਦੋ ਤੇ ਇੱਧਰ ਸਾਰਾ ਹੋ ਗਿਆ ਇੱਧਰ ਵੀ ਜ਼ਿਆਦਾ ਕਰ ਦਿੰਦੇ ਆ ਮੇਰੇ ਬਾਰਬੀ ਤੇ ਵੀ ਥੱਪੜ ਨਹੀਂ ਬਾਰਬੀ ਦੇ ਤਾਂ ਪਹਿਲੇ ਥੱਪੇ ਆਇਆ ਉਹਨਾਂ ਨੇ ਤਾਂ ਫਰੈਂਡਸ ਹੁਣ ਮੇਕਅਪ ਡਨ ਹੋ ਗਿਆ ਤਾਂ ਹੁਣ ਇਹਨੂੰ ਪੁੱਛ ਰਹੇ ਨੇ ਲਿਪਸਟਿਕ ਕਿਹੜੀ ਲਾਉਣੀ ਆ ਆਹ ਹੈਗੀ ਆ ਮਰੂਨ ਲਾਉਣੀ ਤਾਂ ਚਲੋ ਆ ਦੇਖ ਲਿਪ ਮਿਲੀ ਆ ਇਹ ਵੀ ਥੋੜ੍ਹੀ ਜਿਹੀ ਡਾਰਕ ਐਂ ਮਰੂਨ ਆ ਇਹ ਲਾਉਣੀ ਯੈਸ ਥੋੜ੍ਹੇ ਜਿਹਾ ਬਰਸ਼ ਦੇ ਨਾਲ ਸੈੱਟ ਕਰਨਾ ਪੈਣਾ ਸੱਚੀ ਜ਼ਿਆਦਾ ਲੱਗ ਫਰੈਂਡਸ ਜ਼ਿਆਦਾ ਲੱਗ ਗਿਆ ਤੇ ਹੁਣ ਇਹਨੂੰ ਆਪਾਂ ਸਾਫ਼ ਕਰਦੇ ਪਏ ਹਾਂ ਹਾਈ ਸੈਂਸ ਉੱਧਰ ਦੇਖ ਕੇ ਹਾਈ ਸੈਂਸ ਹਾਈ ਬਾਰਬੀ ਹਾਈ ਬਾਰਬੀ ਹਾਈ ਸੈਂਸ ਕੈਨ ਹਾਈ ਬਾਰਬੀ ਤਾਂ ਫਰੈਂਡਸ ਫਿਰ ਹੁਣ ਮੇਕਅਪ ਹੋ ਗਿਆ ਤੇ ਹੁਣ ਇਹਦਾ ਆਪਾਂ ਹੇਅਰ ਸਟਾਈਲ ਕਰਦੇ ਹਾਂ ਆਹ ਮਿੱਡੀ ਮੈਂ ਪਹਿਲਾਂ ਹੀ ਕਰਤੀ ਸੀ ਇਹਦੇ ਸਾਈਡ ਗੁੱਤ ਕੀਤੀ ਹੈ ਤੇ ਇਹਦੇ ਵੀ ਕਰਾਂਗੇ ਇੱਥੇ ਪਹਿਲਾਂ ਰਬੜ ਪਾਵਾਂਗੇ ਹਾਈ ਗਾਈਸ 2 ਮਿੰਟ ਹੇਅਰ ਸਟਾਈਲ ਤੇ ਇੱਥੇ ਇਦਾਂ ਸ਼ੇਕ ਜਿਹਾ ਕਰਾਂਗੇ ਹਾਈ ਗਾਈਸ ਮੈਂ ਪਹਿਲੀ ਵਾਰ ਤੇ ਇੱਥੇ ਬਹੁਤ ਅੱਛਾ ਵਿੱਚ ਪਾ ਲਾਂਗੇ ਤੇ ਤੂੰ ਤਾਂ ਹਾਈ ਗਾਈਸ ਹਾਈ ਗਾਈਸ ਗਾਈਸ ਕਰੀ ਜਾਂਦੇ ਬਸ ਅੱਗੇ ਬੋਲ ਹਾਈ ਮੈਂ ਭਲਵਾਈ ਨਾਨ ਸਨ 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 ਹਾਈ ਤਾਂ ਫਰੈਂਡਸ ਤੇਰੀ ਹਾਈ ਗਾਈਸ ਤੇ ਸੂਈ ਫਸਦੀ ਫਸ ਗਈ ਆ ਤੇ ਹੁਣ ਇੱਥੇ ਰਬੜ ਪਾ ਕੇ ਇੱਥੋਂ ਪਿੱਛੇ ਉਹਦੀ ਗੁੱਤ ਨੂੰ ਸਹੀ ਨਹੀਂ ਹੋਇਆ ਮੋਹਰਿਆਂ ਦੀ ਫਸਾਵਾਂਗੇ ਬਹੁਤ ਜ਼ਿਆਦਾ ਵਧੀਆ ਹੇਅਰ ਸਟਾਈਲ ਹੋ ਗਿਆ ਆ ਤੇ ਹੁਣ ਇਹਦੀ ਆਪਾਂ ਸਕਲਟ ਹੀ ਪਾਵਾਂਗੇ ਚੱਲ ਖੜੀ ਹੋ ਕੇ ਦਿਖਾ ਦੇ ਇਹਦਾ ਜੁੱਤਾ ਤਾਂ ਪਾ ਦਿੰਦੇ ਗਾਈਸ ਜੁੱਤਾ ਬਟਨ ਖੋਲ ਲੈਂਗੇ
ਚੱਲ ਬੜ ਬੱਚੇ ਉਹ ਆ ਗਈ ਚੱਲ ਖੜੀ ਹੋ ਜਾ ਹੋ ਗਈ ਆ ਦੇਖੋ ਕਿੰਨੀ ਜ਼ਿਆਦੀ ਲੰਬੀ ਹੈ ਤੇ ਚੱਲ ਘੁੰਮ ਪਹਿਲੇ ਇਹਦੇ ਬਟਨ ਲਾਉਣ ਲਈ ਆ ਪਿੱਛੀਆਂ ਫਿਰ ਉੱਤੇ ਨੂੰ ਫੜ ਕੇ ਨਹੀਂ ਤੈਨੂੰ ਸਾਹਮਣੇ ਨਹੀਂ ਲਾਉਣ ਜਨਾਬ ਨਹੀਂ ਤਾਂ ਫੇਲ ਹੋ ਜਾਣਾ ਆਪਣੀ ਕੰਮ ਨਹੀਂ ਕੀਤੀ ਤਾਂ ਹੁਣ ਇਹ ਕਿਸੇ ਹੋਰ ਚੀਜ਼ ਦਾ ਬਣਾਉਂਦੇ ਆ ਇਹਦੀ ਇੱਕ ਹੈਗੀ ਆ ਫਰੋਕ ਇਹਨੂੰ ਇੱਥੇ ਫੁੱਲ ਕਰ ਦਾਂਗੇ ਆ ਲੈ ਚੱਲ ਇਹਦੇ ਨਾਲ ਤੂੰ ਤਾਂ ਹੁਣ ਮੈਨੂੰ ਨਹੀਂ ਬੜ ਬੱਚੇ ਦੇ ਫਿਰ ਟੌਪ ਨਾ ਦਾਣਾ ਤੂੰ ਨਹੀਂ ਟੌਪ ਨਹੀਂ ਲੱਗਣਾ ਇਹਦਾ ਟੌਪ ਆਪ ਫੋਲਡ ਕਰ ਦੇਣਾ ਇਹ ਤਾਂ ਪੱਕਾ ਬਣੂਗੀ ਤਾਂ ਫਰੈਂਡਸ ਇਹ ਅਪਸੈਟ ਹੋ ਗਈ ਆ ਕਿ ਉਹ ਇਹਨੇ ਉਹ ਵਾਲੀ ਫਰਾਕ ਜੀ ਲੈਣੀ ਸੀ ਤੇ ਉਹਦੀ ਬਣੀ ਨੀ ਤੇ ਹੁਣ ਇਹਨੂੰ ਆਪਾਂ ਦੁਬਾਰਾ ਖੁਸ਼ ਕਰਦੇ ਹਾਂ ਬੈਲਟ ਲਾਉਣ ਬੈਠੇ ਤਾਂ ਇੱਥੇ ਇੱਕ ਆਪਾਂ ਲਾਤੀ ਹੈ ਸਟਾਈਲਿਸ਼ ਬੈਲਟ ਬਲੈਕ ਰੰਗ ਦੀ ਜਿਹੜੀ ਮੀਡੀ ਵਾਂਗੂ ਲੱਗਦੀ ਹੈ ਨਾ ਤੇ ਇਹ ਹੁਣ ਪਿੱਛੇ ਬਹੁਤ ਜ਼ਿਆਦਾ ਵੱਡੀ ਹੋ ਗਈ ਹੈ ਇਹਨੂੰ ਹੁਣ ਆਪਾਂ ਬੈਲਟ ਦੇ ਵਿੱਚ ਹੀ ਬੈਲਟ ਬਾਹਰ ਦੇਣੀ ਹੈ ਆ ਦੇਖੋ ਇੱਦਾਂ ਕੁਛ ਥੋੜ੍ਹੀ ਜਿਹੀ ਸੈੱਟ ਕਰਨੀ ਪੈਣੀ ਬਸ ਇੱਦਾਂ ਹੁਣ ਠੀਕ ਹੈ ਪੂਰੀ ਪਰਫੈਕਟ ਹੁਣ ਇਹਦੇ ਆਪਾਂ ਬੂਟ ਪਾਵਾਂਗੇ ਉਹਦੇ ਵਾਂਗੂ ਤਾਂ ਹੁਣ ਆਪਾਂ ਬਾਰਬੀ ਦੇ ਪਾਉਣ ਲੱਗੇ ਹਾਂ ਐਲਸਾ ਵਾਲੇ ਬੂਟ ਲਾਈਟਾਂ ਵਾਲੇ ਤੇ ਹੁਣ ਆਪਾਂ ਇਹਦੇ ਪਹਿਲੇ ਜਰਾਬਾਂ ਪਾਉਣੇ ਬਾਰਬੀ ਦੇ ਜੋ ਕਿ ਬਾਰਬੀ ਨੂੰ ਪਾਉਣੀਆਂ ਨਹੀਂ ਪਸੰਦ ਦੂਜਾ ਪੈਰ ਬਾਰਬੀ ਨੂੰ ਜਰਾਬਾਂ ਨਹੀਂ ਪਸੰਦ ਨਾ ਤੂੰ ਬੂਟ ਪਾਉਣ ਲੱਗੀ ਆ ਤਾਂ ਤੂੰ ਜਰਾਬਾਂ ਪਾਊਂਗੀ ਗੰਦੀਆਂ ਗੰਦੀਆਂ ਕਿੱਥੋਂ ਸੋਹਣੀਆਂ ਸੋਹਣੀਆਂ ਲੱਗਦੀਆਂ Hi guys, ਮੇਰਾ ਤਾਲਾ ਲੱਗਿਆ ਮੇਰਾ ਬਾਰੇ ਗਲਿਟਰ ਚੱਲ ਆ ਵਿੱਚ ਬੜ ਜਾ ਵਿੱਚ ਓਏ ਬਾੜੀ ਦੇ ਮੈਨੂੰ ਬੈਠ ਗਾਇਸ ਆ ਰਹੀ ਹੈ ਬਾਰਬੀ ਦੀ ਗਾ ਐਂਡਾ ਲਾ ਚੱਲ ਸੋਹਣੀ ਲੱਗ ਚੱਲ ਪਾ ਸੋਹਣੀ ਰੰਗ ਦੀ ਨਹੀਂ ਸੋਹਣੀ ਲੱਗ ਤਾਂ ਹੁਣ ਆਪਾਂ ਬਾਰਬੀ ਦੇ ਲਾਈਟਾਂ ਵਾਲੇ ਬੂਟ ਪਾਤੇ ਲੈਟ ਜਗਾ ਜਗਾ ਜੋੜਨਾ ਹਾਂ ਜਗ ਪਈ ਚੱਲ ਤੇਰਾ ਮੇਕਅਪ ਹੀ ਨਹੀਂ ਦਿਖਣਾ ਅੱਖਾਂ ਵਾਲਾ ਐਨਕ ਲਾ ਪਿੱਛੇ ਨੂੰ ਸਟਾਈਲ ਮਾਰ ਵਧੀਆ ਜਿਹਾ ਨਾ ਬਾਬੀ ਗਰਲ ਇੰਨਾ ਪਲਾਸਟਿਕ ਗਰਲ ਪਲਾਸਟਿਕ ਗਰਲ ਇੰਨਾ ਪਲਾਸਟਿਕ ਗਰਲ ਵੈਂਟ ਗਰਲਸ ਇੰਨਾ ਵਰਕਸ 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 ਹਾਈ ਗਾਈਸ ਜਿਹੜੀ ਵਰਗੀ ਬਣੀ ਉਹ ਕਹਿੰਦੀ ਫੋਟੋਗ੍ਰਾਫੀ ਉਹ ਵਾ ਉੱਤੇ ਜਾ ਕੇ ਕਰੀ ਆ
ਇਨਾ ਬਸ ਸਿਗਰਸ ਇਨਾ ਹੈ ਕਮੀ ਹੈ ਦੀਆ ਤਾਂ ਫਰੈਂਡਸ ਤੁਸੀਂ ਹੁਣ ਬਾਰਬੀ ਨੂੰ ਤਾਂ ਦੇਖ ਲਿਆ ਹੋਊਗਾ ਤੇ ਤੁਹਾਨੂੰ ਬਾਰਬੀ ਪਸੰਦ ਵੀ ਇਹ ਆਈ ਹੋਊਗੀ ਤਾਂ ਹੁਣ ਉਹਨੇ ਕੱਪੜੇ ਬਦਲ ਲਏ ਨਾਈਟ ਸੂਟ ਪਾ ਲਿਆ ਮੇਕਅਪ ਮੁਕਅਪ ਲਾ ਲਿਆ ਤੇ ਹੁਣ ਹਾਈ ਗਾਈਸ ਮੈਂ ਲਈ ਆਪਣੀ ਚੁੰਡੀ ਕਰਕੇ ਇਹਨੂੰ ਹੁਣ ਆਪਾਂ ਖੋਲ ਲੈ ਦੀ ਕੋਈ ਜ਼ਰੂਰਤ ਨਹੀਂ ਕਿ ਇੰਨੀ ਮਿਹਨਤ ਨਾ ਕੀਤੀ ਸੀ 2 ਮਿੰਟ ਲਾਏ ਬੋਲਣ ਕਿੰਨੀ ਜਲਾ ਗਿਆ ਸਿੰਪਲ ਗੱਤ ਉਹ ਸਿੰਪਲ ਗੱਤ ਆਹ ਹੁੰਦੀ ਆ ਫੋਨ ਦੇਖਣਾ ਬਾਏ ਬਾਏ।